ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਰਾਹੁਲ ਸ਼ਰਮਾ। ਅੱਜ ਚੱਲੇ ਹਾਂ ਅਸੀਂ ਸ਼ਿਮਲੇ ਨੂੰ, ਚੰਡੀਗੜ੍ਹ ਘੁੰਮਾਂਗੇ ਫਿਰਾਂਗੇ, ਉਸ ਤੋਂ ਬਾਅਦ ਜਾਵਾਂਗੇ ਸਿੱਧਾ ਸ਼ਿਮਲਾ ਨੂੰ। ਲਓ ਵੀ ਮੁੰਡੇ ਤਿਆਰ ਹੋ ਗਏ, ਬੈਗ ਬੂਗ ਧਰ ਰਹੇ ਨੇ, ਅੱਧੇ ਮੁੰਡੇ ਬਾਹਰ ਘਰੇ ਨੇ ਅੰਦਰ। ਆ ਜਾਓ ਚਲੋ ਚੱਲੀਏ। ਡੰਗਰਾਂ ਨੇ ਡੋਲ ਡੋਲ ਖਾਈ ਹੋ ਕੀ ਕਿਵੇਂ ਹੁੰਦੀ ਹੈ ਘਰ ਜੀ, ਉਹ ਸੁਣਾਈਓ ਉਸਤਾਦ ਜੀ। ਤੂੰ ਸਮਝਾ? ਹਾਂ ਨਹੀਂ ਤੂੰ ਸਮਝਾ ਨਹੀਂ ਮੈਡਮ ਜੀ, ਦਾ ਡੋਲ ਕੀ ਉਹ ਕੰਮ ਦੇ ਤੂੰ ਵੀ ਪਰੌਠਾ ਇੱਕ ਲਓ ਬਾਈ, ਖਾਈਏ ਦਹੀਂ ਅਸੀਂ। ਹਾਂ ਚਾਹ ਪੀ ਲਈ ਹੈ ਅਤੇ ਪਰੌਠੇ ਖਾ ਲੈਣ। ਹੁਣ ਚੱਲਦੇ ਹਾਂ, ਚੰਡੀਗੜ੍ਹ ਪਹੁੰਚ ਗਏ ਹਾਂ, ਚੱਲਦੇ ਹਾਂ ਸ਼ਿਮਲੇ ਨੇ ਚੱਲਦੇ ਹਾਂ। ਹਾਂ ਵੀ ਬੰਟੀ ਦੱਸ, ਕੀ ਲਏਗਾ? ਅੰਗੂਰ ਲਏਗਾ? ਨਾਲ ਆਪ ਨੂੰ ਵਾਸ਼ ਕਰਨਾ ਪਵਾ ਲੈ। ਹਾਂ ਦੱਸੋ ਚੱਲੇਗੇ ਸ਼ਿਮਲੇ, ਪਹੁੰਚ ਗਏ ਹਾਂ ਬਾਈ। ਹੁਣ ਕਹਿੰਦੇ ਪਹਾੜ ਦੇਖਣੇ ਨੇ, ਕਹਿੰਦਾ ਗੱਡੀ ਰੋਕੋ ਰੋਕੇ। ਚਲ ਚੱਲੀਏ ਜੀ, ਭਾਵੇਂ ਗੋਰੇ ਗੋਰੇ ਆ ਰਹੇ ਹੋ ਫੋਟ ਗੋਰੇ, ਕਿਆ ਬਾਤ। ਲੈ ਅੱਛਾ ਫੋਟੋ ਸ਼ੂਟ ਹੋ ਰਿਹਾ। ਲਓ ਬਾਈ ਜੀ ਪਹਾੜਾਂ ਦੇ ਪਹੁੰਚ ਗਏ ਹਾਂ, ਸੋਲਨ ਆ ਗਏ ਹਾਂ। ਸੋਲਨ ਬਾਈ ਹੁਣੀ ਕਹਿੰਦੇ ਮੈਂ ਫੋਟੋ ਸ਼ੂਟ ਕਰਨਾ ਉਰੇ ਪਹਾੜਾਂ ਦੇ, ਮੈਂ ਚਲੋ ਪਹਾੜ ਦੇ ਫੋਟੋ ਸ਼ੂਟ ਕਰਾਂ। ਆਹ ਦੇਖੋ ਬਾਈ ਜੀ ਫੋਟੋ ਸ਼ੂਟ ਹੋ ਰਿਹਾ, ਪਿੱਛੇ ਖੜੀ ਹੈ ਸਾਡੀ ਗੱਡੀ, ਬਾਈਕ ਪਿੱਛੇ ਹੈ। ਹਾਂ ਬਾਈ ਲਓ ਬਾਈ ਬਾਈ ਥੋੜ੍ਹੇ ਟਾਈਮ 'ਚ ਅਸੀਂ ਜਾਵਾਂਗੇ ਸ਼ਿਮਲੇ ਪਹੁੰਚ। ਚਲੋ ਮਿਲਦੇ ਹਾਂ ਸ਼ਿਮਲੇ, ਹੁਣ ਮਿਲਦੇ ਹਾਂ, ਬਾਏ ਬਾਏ। ਬਾਈ ਜੀ ਸ਼ਿਮਲੇ ਆ ਤੇ ਗਏ ਹਾਂ, ਬਈ ਠੰਡ ਬਹੁਤ ਹੈ, ਮੈਂ ਤਾਂ ਕੈਬ ਲੈ ਲਈ ਹੈ ਨਾਲ, ਬਾਈ ਹੁਣ ਕੋਟ ਪਾਊਗਾ। ਸਾਡੇ ਨਾਲ ਦੇ ਚਾਹ ਪੀਣ ਗਏ ਨੇ, ਉਹ ਜਾ ਰਹੇ ਨੇ ਚਾਹ ਪੀਣ। ਬਾਕੀ ਆ ਬਾਬੇ ਠੰਡ ਬਹੁਤ ਸੀ ਸਵੇਰੇ, ਤਾਂ ਧੁੱਪ ਐਵੇਂ ਸੀ ਜਿਵੇਂ ਵੀ ਗਰਮੀ ਹੋਊਗੀ। ਹੁਣ ਪਤਾ ਲੱਗਿਆ ਵੀ 5 ਵਜੇ ਸ਼ਾਮ ਦੇ ਵੀ ਕੰਬ ਆ ਚੜ ਰਿਹਾ ਸਾਨੂੰ ਤਾਂ। ਦੇਖ ਲਓ ਜੀ ਪਹਾੜ, ਪਹਾੜ ਜੇ ਤਾਂ ਠੰਡ ਹੀ ਠੰਡ ਹੁੰਦੀ ਹੈ। ਮਿਲਿਆ ਕੁੜ ਕੇ ਨਹੀਂ ਮਿਲਿਆ ਬਾਬੇ? ਬਾਬੇ ਹੁਣ ਚਾਹ ਪੀਵਾਂਗੇ, 5-10 ਮਿੰਟ ਬੈਠਾਂਗੇ, ਉਸ ਤੋਂ ਬਾਅਦ ਜਾਵਾਂ ਅੱਗੇ ਸ਼ਿਮਲੇ ਵੱਲ। ਸੋਲਨ ਟੱਪ ਗਏ ਆਪਾਂ, ਚਲੋ ਚਲੋ ਆਇਆ।
ਸਟਾਰਟ ਨਹੀਂ ਹੋ ਰਹੀ ਕਰ ਦਿੱਤਾ।